sorry that I didn't hit you back. When you call my line, who did you even need to talk? Are you wasting time? Declining all your FaceTime calls. Cause you're not my vibe, but God just let me go to sleep. तो दोस्तों ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਟਸ ਤੁਸ਼ਾਰ ਚੈਨਲ ਦੇ ਵਿੱਚ। ਮੈਂ ਤੁਹਾਡਾ ਆਪਣਾ ਤੁਸ਼ਾਰ ਦਿੱਤਾ ਤੇ ਹੁਣ ਅੱਜ ਦਾ ਵਲੌਗ ਜਿਹੜਾ ਹੈ ਕੁਝ ਚੰਗੀ ਸ਼ੁਰੂਆਤ ਨਾਲ ਸ਼ੁਰੂ ਹੋਇਆ। ਹੁਣ ਆਪਾਂ ਚੱਲੇ ਆ ਬੈਂਕ, ਮਾੜੇ ਕ ਪੈਸੇ ਜਮਾ ਕਰਾਣੇ ਸੀਗੇ ਬੈਂਕ। ਪੈਸਾ ਬਹੁਤ ਆ ਗਿਆ ਨਾ, YouTube ਤੋਂ ਇਨਕਮ ਬਹੁਤ ਆ ਰਹੀ ਹੈ। ਗਾਇਸ ਫੋਲੋ ਕਰ ਲਓ ਯਾਰ ਮੈਨੂੰ Instagram ਦੇ ਉੱਪਰ ਵੀ @insta_ ਮੇਰਾ ਉੱਥੇ ਵੀ ਹੈਗਾ Instagram ਹੈਂਡਲਰ, ਉੱਤੇ ਵੀ ਜਾ ਕੇ ਮੈਨੂੰ ਫੋਲੋ ਕਰ ਲਓ ਅਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਕਰ ਦਿਓ। ਦੂਜਾ ਵਲੌਗ ਆ ਰਿਹਾ, ਆਪਾਂ ਕੋਸ਼ਿਸ਼ ਕਰਾਂਗੇ ਕਿ 30 days 30 ਵਲੌਗ ਚੈਲੇਂਜ ਆਪਾਂ ਕੰਪਲੀਟ ਕਰੀਏ ਅਤੇ ਚੱਲਦੇ ਹਾਂ ਬੈਂਕ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਉੱਥੇ ਜਾ ਕੇ। ਹਾਏ ਗਰਮੀ ਬਟਾਲਾ ਚੌਂਕ ਆ ਗਏ ਹਾਂ। ਹੁਣ ਇੱਥੋਂ ਦੀ रोंग साइड जाना पैना यार, बैंक लुको के बहुत बनाया ना इन्होंने, बड़े लोगों का बैंक है ना, पता पैसा बहुत आ, लुको के बनाते बैंक। हूँ पार कर दे सड़क, सड़क पंजाबी सड़क आ राजू नाना। हाँ देखो जी एक खुड च बैंक बनाया इन्होंने, डिवाइडर दे उस पार गया बैंक, एक्सिस बैंक। बस पूरा कार्ड तो मेरे कवर च आ, कवर चो कार्ड कढ़िए पाइए कार्ड ए दे विच। प्लीज वेट, वी आर प्रोसेसिंग योर ट्रांजैक्शन, प्लीज डू नॉट रिमूव योर कार्ड टिल प्रॉम्प्टेड। प्लीज एंटर योर पिन। पिन नहीं लिखाएंगे। मिलते हैं तुम जमा करा के पर्ची लैके तो रस्ते च मिलते हैं तुम। कंटेंट ही कंटेंट है अपने कोल। हुण आपां चलें छोटे भरा नूं स्कूलों लैन, बैंक आपां पैसे जमा करा आए हैं तो हुण छोटे भरा को चलते हैं आपां उन्हें लैन, तुहानू स्कूले जाके मिलते हैं। रस्ते च आपां व्लॉग कंटिन्यू करांगे, चलते हैं स्कूल। हैप्पी को माड़ा समान सीगा, हैप्पी नूं मैं फोन किया हुणी घर, उहदा रस्ते च आना वा, हैप्पी को माड़ा समान फड़ के लैके जाना आपां घरे। धुप बहुत ज़्यादा यार, धुप बहुत ज़्यादा, गर्मी बहुत हुई पई आ। जस्ट टैंपरेचर चैक किया, आने वाले थोड़े टाइम च 45 टप जाना, एडी गर्मी है। चलो बने रहो तुसीं साडे नाल, राह चलदे मिल गए ने सानू साडे बड़े चंगे यार मित्र। भाई सलाम कर दो भाजी कैमरे वाल देख के भाजी। तो हूँ आप मिलते हैं स्कूल जाके, बाकी यार सबसक्राइब कर लियो चैनल नू, इन्हों को मैं धक्के करवाना आ। तो गाइस जशन आप स्कूलों लैके आ चुके हैं, जशन हाई कर दो कैमरे में देख के। जशन के स्कूल मैं कैमरा ता नहीं ऑन किया, मैं क्या इतराज ना करन है ना, तो आप स्कूलों लैके आ चुके हैं, बाकी राह पे हाँ वापस जा रहे हैं। जशन बाय कर दो, घर पर मिलूंगा सबको। बाकी चलिए यार घर नू, घर असि पहुंच चुके हैं सारे जने हैं। ते हुण यार गर्मी बहुत है, थोड़ी देर मैं लेटांगा, उस तो बाद फिर नहा के तुहानू मिलदे आ, नवीं चीजा दिखावांगा। सारा दिन का यही काम है मेरा,
ਤੇ ਫਿਰ ਠੀਕ ਹੈ ਮਿਲਦੇ ਹਾਂ ਤੁਹਾਨੂੰ ਨਹਾ ਧੋ ਕੇ। ਚਲੋ ਜੋ ਸਾਰੇ ਗਾਈਸ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ। ਅੱਜ ਦਾ ਵਲੌਗ ਜਿਹੜਾ ਆ ਦੂਜੇ ਦਿਨ ਦਾ ਮੈਂ ਬਣਾ ਰਿਹਾ ਅਤੇ ਅੱਜ ਆਪਾਂ ਲੈਣ ਚੱਲੇ ਹਾਂ ਭਰਾ ਨੂੰ ਫਿਰ ਦੁਬਾਰਾ ਸਕੂਲੋਂ ਅਤੇ ਮਿਲਦੇ ਹਾਂ ਤੁਹਾਨੂੰ ਸਕੂਲ ਜਾ ਕੇ ਅਤੇ ਚਲੋ ਚੱਲੀਏ ਫਿਰ। ਬੱਸ ਆ ਉਹਦੀ ਕਰਾਉਣ ਨੂੰ ਤੁਹਾਨੂੰ ਬੱਸ 'ਚ ਵੀ ਕਰਾ ਦਿੰਦੇ ਨਾ ਪਰ ਨਾ ਬੱਚੇ ਨੂੰ ਇੱਕ ਅਟੈਚਮੈਂਟ ਹੁੰਦੀ ਹੈ ਆਪਣੇ ਘਰਦਿਆਂ ਦੇ ਨਾਲ ਅਤੇ ਅੱਧੇ ਰਾਹ ਪਹੁੰਚ ਗਏ ਹਾਂ। ਇਹ ਹੈਗਾ ਜੀ ਕਰਨ ਐਸਟੇਟ, ਨਸ਼ੇ ਤੋਂ ਮੁਕਤ ਰਹਿਤ ਇਲਾਕਾ ਕਰਨ ਐਸਟੇਟ। ਅਤੇ ਇਹ ਹਲੇ ਥੋੜ੍ਹਾ ਜਿਹਾ ਨਾ ਡਿਵਲਪਿੰਗ ਹੈ, ਚੱਲਦੀ ਪਈ ਇੱਥੇ ਸਾਈਟਾਂ ਬਣਦੇ ਆ ਹਲੇ ਪਲਾਟ ਇੱਥੇ। ਆਹ ਗੱਲ ਕਰੀਏ ਰੋਡ ਰੋਲਰ ਦੇ ਬਾਰੇ, ਆਹ ਮੇਨ ਮੁੱਦਾ ਅੱਜ ਦਾ ਰੋਡ ਰੋਲਰ ਦਾ ਆ। ਇਹ ਰੋਡ ਰੋਲਰ ਮੈਂ ਮਹੀਨੇ ਦਾ ਵੇਖਣ ਦਿਆ ਇੱਥੇ ਹੀ ਖਲੋਤਾ, ਜਾਂ ਤਾਂ ਕੋਈ ਠੋਕ ਠੂਕ ਗਿਆ ਆ ਜਾਂ ਪਤਾ ਨਹੀਂ ਕੀ ਚੱਕਰ ਆ। ਚਲੋ ਵਾਪਸੀ ਦਾ ਤੁਹਾਨੂੰ ਰੋਡ ਰੋਲਰ ਦਿਖਾਉਣਾ ਅਤੇ ਹੁਣ ਆਪਾਂ ਉਹਨੂੰ ਲੈ ਕੇ ਆਉਂਦੇ ਹਾਂ ਅਤੇ ਸਕੂਲ ਪਹੁੰਚ ਕੇ ਤੁਹਾਨੂੰ ਵਲੋਗ ਸ਼ੁਰੂ ਕਰ ਦਿਓ। ਆਹ ਐਂਟਰੈਂਸ ਆ ਗੇਟ ਐਲਡੀਕੋ ਗ੍ਰੀਨਸ। ਗੱਲ ਕਰੀਏ ਤਾਂ ਆਪਾਂ ਆਲਮੋਸਟ ਪਹੁੰਚ ਗਏ ਹਾਂ। ਕਾਕੇ ਦਾ ਸਕੂਲ ਦੇਖ ਲਓ ਸਾਈਡ ਤੋਂ ਇੱਦਾਂ ਦਾ ਆ, ਅੰਦਰ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ। ਟ੍ਰੈਫਿਕ ਬਹੁਤ ਆ ਯਾਰ, ਓਵਰਟੇਕ ਵੀ ਨਹੀਂ ਕਰ ਸਕਦੇ। ਸਕੂਟਰੀ ਅੱਜ ਬਾਹਰ ਲਾਉਣੀ ਪੈਣੀ ਮੈਨੂੰ ਲੱਗਦਾ, ਸਕੂਟਰੀ ਅੱਜ ਆਪਾਂ ਨੂੰ ਬਾਹਰ ਲਾਉਣੀ ਪੈਣੀ ਆ, ਨਹੀਂ ਅੰਦਰ ਵਾਲਨੇ ਧੱਕੇ ਨਾਲ ਹੀ ਆਪਾਂ। ਆਪਾਂ ਪਹੁੰਚ ਗਏ ਸਕੂਲ ਦੇ ਅੰਦਰ ਅਤੇ ਮਿਲਾਉਂਦੇ ਹਾਂ ਤੁਹਾਨੂੰ ਹੁਣ ਛੋਟੇ ਭਰਾ ਨਾਲ। ਪਹੁੰਚ ਗਏ ਆਪਾਂ ਸਕੂਲ ਦੇ ਅੰਦਰ, ਖੈਰ ਦੇਖੀਏ ਕਿੱਥੇ ਖਲੋਤਾ ਕਾਕਾ। ਜਸ਼ਨ 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 ਹਾਏ ਕਰੋ। ਅਤੇ ਜਸ਼ਨ ਦੀ ਟੀਚਰ ਨੇ ਹੁਣੀ ਦੱਸਿਆ ਜਸ਼ਨ ਵੋਮਿਟਿੰਗਸ ਕਰ ਰਿਹਾ ਮਲਟੀਪਲ ਟਾਈਮਸ। ਜਸ਼ਨ ਕੈਸਾ ਫੀਲ ਹੁਆ ਥਾ? ਮੈਂ ਪਤਾ ਨਹੀਂ ਜਾ ਰਹੀ ਹੈ, ਮੈਂ ਤੇ ਜੋ ਡਰ ਜਾਂਦੀ ਨਾ ਰੋ ਰੋ ਜੈਸੀ ਆ ਰਹੀ ਹੈ ਨਾ। ਅੱਛਾ ਠੀਕ ਹੈ, ਅਗਰ ਲਾਸਟ ਨੇ ਪਾਣੀ ਮਿਲੇ ਨਾ ਮੈਂ ਡਰ ਡਰ ਕੇ ਡਰ ਰੋ ਫਿਰ। ਓਕੇ, ਜਸ਼ਨ ਦੀ ਟੀਚਰ ਨੇ ਹਲੇ ਦੱਸਿਆ ਕਹਿੰਦੇ ਵੀ ਇਹਨੂੰ ਵੋਮਿਟਿੰਗਸ ਆ ਰਹੀਆਂ ਸੀ। ਹਾਂ ਮੇਰਾ ਬਲੋਗ ਡੈਡੀ ਡਰ ਜੇ ਤਾਂ ਮੈਂ ਤੋਂ ਵੀ ਬਣਾਉਣਾ ਹੈ, ਕਰ ਦੂੰਗਾ ਕਰ ਦੂੰਗਾ। ਥੈਂਕ ਯੂ। ਤੇ ਜਸ਼ਨ ਦੀ ਟੀਚਰ ਨੇ ਹੁਣੇ ਦੱਸਿਆ ਕਹਿੰਦੇ ਇਹਨੂੰ ਵੋਮਿਟਿੰਗਸ ਆ ਰਹੀਆਂ ਸੀਗੀਆਂ ਅਤੇ ਘਰ ਜਾ ਕੇ ਦੇਖਦੇ ਹਾਂ ਕੀ ਮੈਡੀਕੇਸ਼ਨ ਕਰਨੀ ਹੈ। ਯਾਰ ਮੇਰੀ ਵਾਲੀ ਕਿਉਂ ਚੜ ਜਾਂਦੀ ਉੱਪਰ ਨੂੰ? ਰੁਕ ਜਾ ਐਡਜਸਟ ਕਰ ਲੈ ਬੈਕ। ਮੇਰਾ ਬੈਡ ਹੀ ਮੋਟਾ ਹੈ। ਤੇ ਆਪਾਂ ਘਰ ਚੱਲਦੇ ਹਾਂ ਅਤੇ ਘਰ ਚੱਲ ਕੇ ਮਿਲਦੇ ਹਾਂ ਫਿਰ ਤੁਹਾਨੂੰ, ਠੀਕ ਆ। ਨਾਲ ਆਪਾਂ ਐਕਟਿਵਾ ਅੰਦਰ ਵਾਲ ਲਈ ਸੀਗੀ, ਉੱਦਾਂ ਵਾਲਣ ਨਹੀਂ ਦਿੰਦੇ, ਦਰਵਾਜ਼ਾ ਖੁੱਲ੍ਹਾ ਸੀਗਾ ਮੈਂ ਵਾਲ ਦਿੱਤੀ। ਅਤੇ ਚੱਲਦੇ ਹਾਂ ਹੁਣ ਅਤੇ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ। ਇੱਥੇ ਸੀਗੇ ਆਪਾਂ ਟਰੈ ਦੇ ਰੋਡ ਰੋਲਰ ਦੀ, ਇਹ ਨਾ ਠੁੱਕਿਆ ਆ, ਇਹ ਠੁੱਕਿਆ ਆ ਅਤੇ ਉਹ ਬੰਦਾ ਵਾਪਸ ਨਾ ਚੱਕਣ ਨਹੀਂ ਆਇਆ, ਇਹਨੂੰ ਲਵਾਰੀ ਸੀ ਪਿਆ ਵਿਚਾਰਾ ਇੱਥੇ ਰੋਡ ਰੋਲਰ। ਬਾਕੀ ਕੁਛ ਪੱਕਾ ਨਹੀਂ ਕਹਿ ਸਕਦੇ, ਮੈਂ ਸੁਣਨ 'ਚ ਤਾਂ ਇਹੀ ਆਇਆ ਕਿ ਠੁੱਕਿਆ ਆ ਅਤੇ ਵੀ ਖਲੋਤਾ ਆ ਸਾਈਡ 'ਤੇ, ਮਤਲਬ ਇਹਦਾ ਨਾ ਅੱਗੇ ਨਾ ਕੋਈ ਪਿੱਛੇ ਹੈ ਨਾ ਕੋਈ ਨਹੀਂ ਗਾ, ਹਾਲੇ ਇਹਨੂੰ ਕੋਈ ਲੈਣ ਲੂਣ ਨਹੀਂ ਆਇਆ। ਬਾਕੀ ਪਹੁੰਚਦੇ ਹਾਂ ਘਰ ਅਤੇ ਘਰ ਜਾ ਕੇ ਤੁਹਾਨੂੰ ਮਿਲਦੇ ਹਾਂ ਅਤੇ ਘਰਦਿਆਂ ਨੂੰ ਵੀ ਦੱਸ ਦਈਏ ਵੀ ਮੈਡਮ। ਅਰੇ ਪਤਾ ਕਿਆ ਬਾਤ ਹੈ, ਆਰਾਮ ਆਰਾਮ ਤੋਂ ਚਲਾਤੇ ਨਾ ਤਾਂ ਥੋੜ੍ਹਾ ਟਾਈਮ ਲੱਗਦਾ। ਨਹੀਂ ਨਹੀਂ ਦੇਣਾ ਨਹੀਂ, ਚੱਲ ਬਾਏ ਕਰਦੇ ਕੈਮਰਾ ਕੋਲ। ਘਰ ਆ ਚੁੱਕੇ ਹਾਂ ਆਪਾਂ, ਜਿੱਦਾਂ ਕਿ ਤੁਹਾਨੂੰ ਕਿਹਾ ਸੀ ਘਰ ਜਾ ਕੇ ਤੁਹਾਨੂੰ ਮਿਲਾਵਾਂਗੇ। ਇਹ ਜਸ਼ਨ ਦੀ ਵੀ ਮੈਂ ਦੱਸੀ ਸਾਰਿਆਂ ਨੂੰ ਕਿ ਇੱਦਾਂ ਇੱਦਾਂ ਜਸ਼ਨ ਨੂੰ ਤਕਲੀਫ ਆ ਅਤੇ ਦੇਖਦੇ ਹਾਂ ਹੁਣ ਕਿਹੜੇ ਡਾਕਟਰ ਨੂੰ ਕੰਟੈਕਟ ਕਰੀਏ। ਜਾਵਾਂਗੇ ਤਾਂ ਚਾਈਲਡ ਸਪੈਸ਼ਲਿਸਟ ਕੋਲ ਹੀ ਅਤੇ ਸ਼ਾਮੀ ਦੇਖ ਰਹੇ ਹਾਂ, ਸ਼ਾਮੀ ਮਿਲਦੇ ਤੁਹਾਨੂੰ, ਨਹਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਦੁਬਾਰਾ ਅਤੇ ਆਪਾਂ ਨਹਾ ਕੇ ਆਉਂਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ, ਠੀਕ ਆ। ਅਤੇ ਆਪਾਂ ਹੁਣ ਕਟਿੰਗ ਕਰਾਉਣ ਚੱਲੇ ਹਾਂ, ਮੈਂ ਕਿਹਾ ਨਹਾਵਾਂਗੇ ਕਟਿੰਗ ਕਰਾ ਕੇ ਫਿਰ, ਚੰਗਾ ਨਹੀਂ ਲੱਗਦਾ ਪਿਆ ਹੈਗਾ। ਥੋੜ੍ਹੀ ਦਾੜੀ ਥੋੜ੍ਹੀ ਸੈੱਟ ਕਰਾਉਣ ਵਾਲੀ ਸੀਗੀ, ਥੋੜ੍ਹੀ ਕਟਿੰਗ ਕਰਾਉਣ ਵਾਲੀ ਸੀਗੀ, ਮੈਂ ਕਿਹਾ ਚਲੋ ਚੱਲਦੇ ਹਾਂ ਗੁਰੀ ਭਾਈ ਦੇ ਕੋਲ ਅਤੇ ਪਹੁੰਚ ਗਏ ਆਪਾਂ ਗੁਰੀ ਭਾਈ ਦੁਕਾਨ 'ਤੇ। ਵੱਡੀ ਹੋਵੇ, ਪਹੁੰਚ ਗਏ ਆਪਾਂ ਗੁਰੀ ਭਾਈ ਦੀ ਦੁਕਾਨ ਦੇ ਉੱਪਰ।
आ गए बुरी भाजी, आराम चल रहे आराम है। पहुँच गए आप गुरी भाजी दुकान पर, तो आफ्टर बिफोर कटिंग तुम दिखावे, पहले तेन भाजी ना मिला दी है। और भाजी की हाल चाल? और भाजी की हाल चाल? फोन नवा लिता? हाँ चलो वो तुहाडा पला हो जाए। केड़ा भाजी है? एम आई है भरावा। शाओमी? वधिया भाजी। चलो कंटेंट मिल गया तो रिव्यू करांगे, बाकी मिलते हैं कटिंग तो बाद, फिर पहले देख लो आफ्टर एंड बिफोर कटिंग। अद्धी कटिंग हो चुकी है, फेड करवा रहे हैं हर बार वक्न, तो अपना बिफोर आफ्टर रिजल्ट भी पाऊंगा एंड दे, कुछ इदा की कटिंग हुई है अपनी एंड लग रही, बाकी हले सैटिंग शूटिंग भी करावे सारी। तो गर्मियाँ यार हम ज़्यादा बल रख नहीं होंगे, हल्के करा लेंगे, ज़्यादा तुम्हें भी पता है ज़्यादा नहीं रख होंगे, बाकी मिलते हैं तुम एंड। तो गाइस आपां हुण कटिंग करा चुके हैं पूरी दी पूरी, ऐ तुसीं देख सकते हैं कुछ इदा का हेयर कट आया जो कि मैनू बहुत पसंद आया, अगे भी मैं कराना हेयर कट, पर यह वाला हेयर कट मैनू बहुत वधिया लगा। फेड कट कहिंदे इहनू, मतलब बहुत ही स्मूथ कटिंग हो रही है अपनी, तो कुछ इदा की कटिंग अपनी। तो बाकी हुण तुसीं दसो कमेंट करके किदां दी लगी तुहानू।